ओके जी, वेलकम ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ। ਤੇ ਅੱਜ ਕਰਨ ਲੱਗੇ ਮੋਟਰਸਾਈਕਲ ਨੂੰ ਮੋਡੀਫਾਈ, ਗ੍ਰੈਂਡਰ ਲਿਆ ਚੌਕ ਤੇ ਹੁਣ ਚੱਲੇ ਆ। ਉਹ ਮਰਾੜ ਮਰੂੜ ਡਾਂਗੇ ਦਾ ਜਿੰਨਾ ਆ ਫੜ ਮਾਸਟਰ ਫੇਰ ਤੇ ਅੱਜ ਭੈਣ ਪੂਰੀ ਬਈ ਆਈ ਆਪਣੀ ਅੱਜ ਦੀ ਫਾਈਨਲ ਲੁੱਕ ਚੈੱਕ ਕਰਕੇ ਦੱਸਿਓ ਬਈ ਕਿਹੋ ਜਿਹੀ ਲੱਗੀ ਆ ਫਾਈਨਲ ਲੁੱਕ। ਅਤੇ ਬਾਕੀ ਲਾਈਵ ਵੀ ਚੇਂਜ ਕਰਾਵਾਂਗੇ ਇਹਦੇ। ਅਤੇ ਹਾਲੀ ਆ ਨੰਬਰ ਪਲੇਟ ਹਟਾਉਣੀ ਆ, ਹਾਲੀ ਅਗਲਾ ਮਰਾਡ ਹਟਾਉਣਾ, ਟਾਇਰ ਇੱਕ ਅਗਲਾ ਨਵਾਂ ਪਾਉਣਾ ਵਾ, ਠੀਕ ਆ। ਅਤੇ ਲਾਈਟਾਂ ਦੂਸਦਾ ਲਵਾਉਣੇ ਆ। ਅਤੇ ਇਹ ਆ ਬਈ ਆਪਣੀ ਲੁੱਕ, ਦੱਸਿਓ ਕਿਹੋ ਜਿਹੀ ਲੱਗੀ ਆ, ਠੀਕ ਹੈ। ਅਤੇ ਬਾਕੀ ਟਾਈਮ ਟੂ ਟਾਈਮ ਲੁੱਕ ਚੇਂਜ ਕਰਦੇ ਰਹਾਂਗੇ ਇਹਦੀ, ਠੀਕ ਆ। ਇਸ ਤੋਂ ਬਾਅਦ 'ਚ ਫਿਰ ਕੁਛ ਮਹੀਨਿਆਂ ਬਾਅਦ ਫਿਰ ਆਪਾਂ ਟਰੈਕਟਰ ਵੱਲ ਮੋਡੀਫਿਕੇਸ਼ਨ ਕਰਨੀ ਸ਼ੁਰੂ ਕਰ ਦਾਂਗੇ, ਠੀਕ ਹੈ। ਅਤੇ ਹੁਣ ਬਣਾਉਂਦੇ ਦੋ ਤਿੰਨ ਵੀਲਰ ਵੂਲਰਾਂ ਦੀਆਂ, ਫਿਰ ਚੱਲਦੇ ਚੱਲਦੇ ਹਾਂ। ਟਰੈਕਟਰ ਦਾ ਕਰਾਉਣ ਟੋਚਣ, ਅਤੇ ਮੋਟਰਸਾਈਕਲ ਦੋ ਤਿੰਨ ਵੀਲਰ ਜੀ ਬਣਾ ਲਈਆਂ ਆ, ਅਤੇ ਹੁਣ ਕਿਸੇ ਟਰੈਕਟਰ ਦਾ ਟੋਚਣ ਆ। ਇੱਕ ਆਪਾਂ ਹੁੰਦੀ ਆ ਜੰਗਲ ਦੇ ਕਿਨਾਰੇ, ਅਤੇ ਇੱਕ ਆਹ ਖੋਤਾ, ਇੱਕ ਖੋਤਾ ਆਪਣਾ ਆਹ ਸਵਰਾਜ। ਹੁਣ ਲਾਵਾਂਗੇ ਟੋਚਣ, ਕਲੋਲ ਟੋਚਣ ਗਿਆ ਟੁੱਟ, ਤੇ ਹੁਣ ਲਿਆਉਂਦੇ ਬਈ। ਜਾ ਤਰਾਂ ਜਾ ਦੂਜੇ ਟੋਚਣ ਲੈ ਗਿਆ, ਜਾ ਲੈ ਗਿਆ ਟੁੱਟ ਗਿਆ। ਬਈ ਹੁਣ ਇਸ ਟਾਈਮ ਚੇਂਜ ਹੋ ਜੇ, ਇਸ ਟਾਈਮ ਆਪਣਾ ਭੂਆ ਦਾ ਮੁੰਡਾ ਬੈਠਾ ਮੂੰਹ ਆਈ ਜਾਣ, ਇਸ ਟਾਈਮ ਆਪਾਂ ਜਿੰਦਰ ਬੈਠਾ ਬਈ। ਦੋ ਵਾਰੀ ਤੋੜਦੀ ਪਹਿਨ, ਦੋ ਵਾਰੀ ਵਹਾਈ ਉਹ ਕਰਨ ਤੀਜਾ ਲੋ। ਤੀਜਾ ਲੋ, ਤੀਜਾ ਲੋ, ਰੇਸ ਨਾ ਦੇ, ਆਰਾਮ ਆਰਾਮ ਨਾ। ਦੋ ਵਾਰੀ ਪਿੰਨਾਂ ਟੁੱਟ ਗਈਆਂ, ਦੋ ਵਾਰੀ ਆਪਣੇ ਪੁਰਾਣਾ ਬਾਪੂ ਸਾਡੇ ਨਾਲ ਦਾ ਟਰੈਕਟਰ ਹੈ, ਐਵੇਂ ਖਿੱਚ ਕੇ ਲੈ ਕੇ ਜਾਣ ਦਿਆ ਕਿ ਜਿਵੇਂ ਨਿਆਣਾ ਹੁੰਦਾ ਕੋਈ ਪਿੱਛੇ ਬੈਠਾ। ਹੁਣ ਚੱਲੇ ਜੱਟ ਹੋਣੀ ਜਿਮ, ਟਰੈਕਟਰ ਲਾ ਤੇ ਦੋਵੇਂ, ਇੱਕ ਲਾਤਾ ਆਹ ਤੇ ਇੱਕ ਲਾਤਾ ਆਹ। ਹੁਣ ਚੱਲੇ ਆ ਜਿਮ, ਅਤੇ ਬਾਕੀ ਬਈ ਫਿਰ ਨਵਾਂ ਟੋਚਨ ਲਿਆਵਾਂਗੇ, ਉਦੋਂ ਲੜਾਇਆ ਕਰਾਂਗੇ। ਅਤੇ ਇੱਕ ਤਾਂ ਆਪਣੇ ਕੋਲ ਟੋਚਨ ਨਹੀਂ ਹੈਗਾ ਜੀ, ਅਤੇ ਬਾਕੀ ਆਪਾਂ ਕੋਪਲੇਨ ਕੀਤਾ ਸੀ, ਜਗਾੜ ਪਾਣੀ ਜਿਹਾ ਕੀਤਾ ਸੀ,